ਲੁਧਿਆਣਾ ਦੇ ਆਰੀਆ ਸਕੂਲ ਮਾਰਗ 'ਤੇ ਗੱਦਿਆਂ ਦੇ ਇੱਕ ਗੋਦਾਮ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ। ਇਸ ਦੀ ਸੂਚਨਾ ਮਿਲਦਿਆਂ ਹੀ ਅੱਗ ਬੁਝਾਊ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਅੱਗ ਉੱਪਰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ, ਪਰੰਤੂ ਅੱਗ ਇੰਨੀ ਜ਼ਿਆਦਾ ਸੀ ਕਿ ਅੱਗ ਨੂੰ ਕਾਬੂ ਵਿੱਚ ਕਰਨ ਲਈ 20 ਤੋਂ 25 ਗੱਡੀਆਂ ਲੱਗ ਗਈਆਂ। ਗੋਦਾਮ ਦੇ ਉੱਪਰ ਹੀ ਇੱਕ ਰਿਹਾਇਸ਼ ਸੀ ਜਿਸ ਦੇ ਵਾਸ਼ਰੂਮ ਵਿੱਚ ਇੱਕ ਬਜ਼ੁਰਗ ਮਹਿਲਾ ਫਸ ਗਈ ਤੇ ਫਾਇਰ ਮੁਲਾਜ਼ਮਾਂ ਨੇ ਉਸ ਨੂੰ ਬਾਹਰ ਕੱਢ ਕੇ ਹਸਪਤਾਲ ਭੇਜਿਆ। ਇਸ ਅੱਗ ਵਿੱਚ ਗੋਦਾਮ ਦੇ ਉੱਪਰ ਰਿਹਾਇਸ਼ ਵਿੱਚ ਰਹਿੰਦੇ ਪਰਿਵਾਰ ਦੇ ਇੱਕ ਮੈਂਬਰ ਦੀ ਮੌਤ ਹੋ ਗਈ, ਜਦਕਿ ਅੱਗ ਬੁਝਾਊ ਦਸਤੇ ਦੇ 3 ਮੁਲਾਜ਼ਮ ਅੱਗ ਬੁਝਾਉਂਦੇ ਹੋਏ ਜ਼ਖਮੀ ਹੋਏ ਹਨ। 6:05 ਤੇ ਸਾਨੂੰ ਇਤਲਾਹ ਆਈ ਸੀਗੀ ਕਿ ਚਾਵਲਾ ਦੇ ਦਮੋਰੀਆ ਪੁੱਲ ਵੱਲ ਨੂੰ ਜਿਹੜੀ ਸੜਕ ਜਾਂਦੀ ਹੈ ਉੱਥੇ ਅੱਗ ਲੱਗੀ ਹੈ, ਅਤੇ ਅਸੀਂ ਗੱਡੀਆਂ ਲੈ ਕੇ ਇੱਥੇ ਪਹੁੰਚੇ ਤਾਂ ਸਾਨੂੰ ਪਤਾ ਲੱਗਾ ਕਿ ਬਾਕੀ ਤਾਂ ਘਰ ਦੇ ਸਾਰੇ ਨਿਕਲ ਗਏ ਨੇ, ਲੇਕਿਨ ਇੱਕ ਲੇਡੀਜ਼ ਬਾਥਰੂਮ ਦੇ ਵਿੱਚ ਟਰੈਪ ਹੋ ਗਈ ਹੈ, ਅਤੇ ਅਸੀਂ ਅੱਗ 'ਤੇ ਜਿਹੜੀ ਗਰਾਊਂਡ ਪਲੱਸ 1 ਦੇ ਵਿੱਚ ਸੀਗੀ ਉੱਥੇ ਕੰਟਰੋਲ ਕਰਕੇ ਉਹਨੂੰ ਬਾਹਰ ਕੱਢ ਕੇ ਅਤੇ ਹੋਸਪਿਟਲ ਭੇਜ ਦਿੱਤਾ। ਬਾਕੀ ਹੁਣ ਅੱਗ ਬੁਝਾਉਣੇ ਪਏ ਸੀ। ਗੱਦਿਆਂ ਦਾ ਗਡਾਊਨ ਹੈ, ਫੋਮ ਦੇ ਗੱਦੇ। ਕਾਰਨ ਇਹ ਹੈ ਕਿ ਵੀ ਅੱਗ ਬਹੁਤ ਜ਼ਿਆਦਾ ਸੀਗੀ ਅਤੇ ਸੇਕ ਵੀ ਬਹੁਤ ਜ਼ਿਆਦਾ ਆ। ਅੰਦਰ ਵੜਨ ਨੂੰ ਰਸਤਾ ਇੱਕੋ ਹੀ ਹੈ, ਇੱਕ ਛੱਤ ਦੇ ਉੱਪਰੋਂ ਦੀ ਇੱਕ ਗਲੀ ਜਾਂਦੀ, ਉਹਦੇ ਨਾਲ ਦੀ ਬਿਲਡਿੰਗ ਦੇ ਵਿੱਚ ਛੱਤ ਦੇ ਉੱਪਰੋਂ ਦੀ ਪਾਣੀ ਮਾਰਦੇ ਪਏ। ਬਹੁਤ ਜ਼ਿਆਦਾ ਗੱਦੇ ਆ ਅੰਦਰ, 20 ਤੋਂ 25 ਗੱਡੀਆਂ ਜਾਂ 4 ਘੰਟੇ ਹੋਰ ਲੱਗ ਜਾਣੇ ਆ। ਇੰਜਰਡ ਹੋਏ ਨੇ, ਫਾਇਰ ਬ੍ਰਿਗੇਡ ਦੇ 3 ਕੁ ਬੰਦੇ ਇੰਜਰਡ ਹੋਏ ਨੇ। ਪਰਿਵਾਰ ਦਾ ਉਹੀ ਲੇਡੀਜ਼ ਜਿਹੜੀ ਅੰਦਰ ਸੀ, ਬਾਕੀ ਸਾਰੇ ਨਿਕਲ ਗਏ ਸੀ ਬਾਹਰ। ਹੋਸਪਿਟਲ ਹੈ ਉਹੀ ਦੱਸਣਗੇ, ਸਾਨੂੰ ਨਹੀਂ ਪਤਾ, ਅਸੀਂ ਤਾਂ ਹੋਸਪਿਟਲ ਭੇਜ ਉਹ ਇੱਕ ਇਹ ਨੇ ਹਾਂ ਡਿਊਟੀ 'ਤੇ ਅੱਗ ਬੁਝਾ ਰਹੇ ਨੇ। ਹਾਂਜੀ ਹਾਂਜੀ।